इलीगल इलीगल माइनिंग माइनिंग पर पर पठानकोट पुलिस आलोपा जमा लगातार रही एक्शन में नजर आ रही है। है। अरे पठानकोट अरे पुलिस द्वारा पठानकोट के दो अलग अलग इलाकों में इलीगल माइनिंग करते हुए कुल 6 लोगों को गिरफ्तार किया गया है। जहां एक तरफ नरोट जैमल सिंह पुलिस द्वारा 3 ट्रैक्टर ट्राली और 1 JCB मशीन कब्जे में ले ली गई है और 4 लोगों को गिरफ्तार किया गया है। जबकि नंगल भूर पुलिस द्वारा एक पोकलेन मशीन, एक टिप्पर कब्जे में ले लिया गया है और 2 लोगों को गिरफ्तार किया अरे गया है। जिसके चलते पुलिस की ओर से आगे की कार्रवाई की जा रही है। SSP पठानकोट दलजिंदर सिंह ढिल्लों ने जानकारी देते हुए बताया कि किसी भी कीमत पर इलीगल माइनिंग करने वालों को नहीं बख्शा जाएगा। उन्होंने कहा कि नंगलपुर इलाके में जो एक्शन किया गया है उसमें क्रशर मालिकों के नाम भी नामजद किए गए हैं। साथ ही इलीगल माइनिंग करने वाले लोगों को चेतावनी देते हुए SSP ने कहा कि जो भी इलीगल माइनिंग में संलिप्त पाया गया उसको नहीं बख्शा जाएगा। आप भी देखिए ये पूरी रिपोर्ट। जिधर जिधर चौधरी लिखा था चौधरी ਸਰ ਤੁਸੀਂ ਵੱਡਾ ਐਕਸ਼ਨ ਕੀਤਾ ਹੈਗਾ ਇਲੀਗਲ ਮਾਈਨਿੰਗ ਦੇ ਉੱਤੇ ਦੋ ਅਲੱਗ ਅਲੱਗ ਜਗ੍ਹਾ ਤੇ ਕੀ ਮਾਮਲੇ ਨੇ, ਕਿੰਨੇ ਬੰਦੇ ਨੇ ਔਰ ਅੱਗੇ ਕੀ ਕਹਿਣਾ ਤੁਹਾਡਾ ਇਲੀਗਲ ਮਾਈਨਿੰਗ ਕਰਨ ਵਾਲਿਆਂ ਨੂੰ? ਦੇਖੋ, ਅਸੀਂ ਇਲੀਗਲ ਮਾਈਨਿੰਗ ਦੇ ਖਿਲਾਫ ਟਾਈਮ ਟੂ ਟਾਈਮ ਜਿਹੜੀਆਂ ਹੈਗੀਆਂ ਆਪਣੀਆਂ ਆਪਰੇਸ਼ਨਸ ਚਲਾਉਂਦੇ ਰਹਿੰਦੇ ਆ। ਇਹ ਸਾਰੀਆਂ ਜਿਹੜੀਆਂ ਆਪਰੇਸ਼ਨਸ ਹੈਗੇ ਇਹ ਸੂਚਨਾਵਾਂ ਤੇ ਆਧਾਰਿਤ ਹੁੰਦੇ ਆ ਕਿ ਜਿੱਦਾਂ ਦੀ ਸਾਨੂੰ ਸੂਚਨਾ ਮਿਲਦੀ ਆ ਉਹਦੇ ਮੁਤਾਬਕ ਅਸੀਂ ਮਾਈਨਿੰਗ ਵਿਭਾਗ ਨੂੰ ਨਾਲ ਲੈ ਕੇ ਉੱਥੇ ਆਪਰੇਸ਼ਨਸ ਕਰਦੇ ਆ ਔਰ ਇਲੀਗਲ ਮਾਈਨਿੰਗ ਜਿਹੜੀ ਕਿ ਜ਼ਾਹਰਾ ਤੌਰ ਤੇ ਸਾਹਮਣੇ ਹੋ ਰਹੀ ਹੁੰਦੀ ਹੈ ਉਹਨੂੰ ਮੌਕੇ ਤੇ ਜਾ ਕੇ ਫੜਿਆ ਜਾਂਦਾ। ਇਸੇ ਲੜੀ ਦੇ ਵਿੱਚ ਜਿਹੜੀ ਹੈਗੀ ਆ ਰੀਸੈਂਟਲੀ ਅਸੀਂ ਕੱਲ ਹੀ ਦੋ ਆਪਰੇਸ਼ਨਸ ਕੀਤੇ ਆ, ਇੱਕ ਨੰਗਲਪੁਰ ਦੇ ਏਰੀਆ 'ਚ ਆਪਰੇਸ਼ਨ ਕੀਤਾ ਜਿਹਦੇ ਵਿੱਚ ਇਲੀਗਲ ਮਾਈਨਿੰਗ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਸੀ, ਜਿਹਦੇ ਵਿੱਚ ਇੱਕ ਪੋਕਲੇਨ ਤੇ ਇੱਕ ਭਰਿਆ ਹੋਇਆ ਜਿਹੜਾ ਟਿੱਪਰ ਆ ਰॉ ਮਟੀਰੀਅਲ ਦਾ ਇਲੀਗਲ ਮਾਈਨਿੰਗ ਕਰਦਾ ਹੋਇਆ ਉਹ ਚੱਕੀ ਰਿਵਰ ਦੇ ਵਿੱਚੋਂ ਜਿਹੜਾ ਹੈਗਾ ਉਹਨੂੰ ਅਸੀਂ ਐਪਰੀਹੈਂਡ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਔਰ ਇਹਦੇ ਵਿੱਚ ਜਿਹੜੀ ਜਿਹੜੀ ਜਿਹੜੇ ਤੱਥ ਹੈ ਉਹ ਆ ਕਿ ਇਹ ਇਲੀਗਲ ਮਾਈਨਿੰਗ ਇਕੱਲੇ ਡਰਾਈਵਰ ਅਤੇ ਟਿੱਪਰ ਦੇ ਡਰਾਈਵਰ ਜਾਂ ਪੋਕਲੇਨ ਦੇ ਡਰਾਈਵਰ ਨਹੀਂ ਕਰ ਰਹੇ। ਬੇਸਿਕਲੀ ਇਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਇਹਨਾਂ ਨੂੰ ਉਤਸ਼ਾਹਿਤ ਕਰਦੇ ਆ ਜਾਂ ਇਹਨਾਂ ਦੀਆਂ ਮਸ਼ੀਨਾਂ ਜਿਹੜੀਆਂ ਭੇਜੀਆਂ ਜਾਂਦੀਆਂ, ਅਕਸਰ ਦੇਖਿਆ ਗਿਆ ਕਿ ਜਿਹੜੇ ਮਾਲਕ ਹੈਗੇ ਆ ਕ੍ਰਸ਼ਰਸ ਦੇ ਉਹ ਇਸ ਨੂੰ ਉਹਨਾਂ ਦੇ ਪਿੱਛੇ ਹੁੰਦੇ ਆ ਔਰ ਉਹਦੇ ਵਿੱਚ ਜਿਹੜੀ ਹੈਗੀ ਆ ਇਲੀਗਲ ਮਾਈਨਿੰਗ। ਮੈਂ ਸਮਝਦਾ ਕਿ ਪੂਰੇ ਦੇ ਪੂਰੇ ਭਾਗੀਦਾਰ ਆ ਔਰ ਇਸ ਮੁਕਦਮੇ ਵਿੱਚ ਜਿਹੜੇ ਹੈਗੇ ਆ ਕ੍ਰਸ਼ਰ ਓਨਰਸ ਨੂੰ ਵੀ ਅਸੀਂ ਜਿਹੜੇ ਹੈਗੇ ਆ ਦੋਸ਼ੀਆਂ ਦੀ ਲਿਸਟ ਵਿੱਚ ਰੱਖਿਆ ਗਿਆ ਹੈਗਾ ਅਤੇ ਜਿਹੜੇ ਮੌਕੇ 'ਤੇ ਗ੍ਰਿਫਤਾਰੀ ਕੀਤੀ ਹੈ। ਦੂਜੇ ਓਪਰੇਸ਼ਨਸ ਦੇ ਵਿੱਚ ਨਰੋਟ ਜੈਮਲ ਸਿੰਘ ਦੇ ਏਰੀਏ ਦੇ ਵਿੱਚ ਉੱਥੇ ਵੀ ਇੱਕ JCB ਮਸ਼ੀਨ ਅਤੇ ਜਿਹੜੀਆਂ ਹੈਗੀਆਂ ਤਿੰਨ ਜਿਹੜੀਆਂ ਟਰੈਕਟਰ ਟਰੋਲੀਜ਼ ਹਾਈਡਰੋਲਿਕ ਆ ਜਿਹੜੀਆਂ ਹੈਗੀਆਂ ਉਹ ਇਲੀਗਲ ਮਾਈਨਿੰਗ ਰਾਵੀ ਰਿਵਰ ਦੇ ਬੈਂਕ ਤੋਂ ਜਿਹੜੀਆਂ ਕਰਵਾ ਰਹੀਆਂ ਸੀ ਉਹਨਾਂ ਨੂੰ ਵੀ ਮੌਕੇ ਤੋਂ ਗ੍ਰਿਫਤਾਰ ਕੀਤਾ। ਉੱਥੇ ਵੀ ਜਿਹੜੇ ਚਾਰ ਜਿਹੜੇ ਆ ਵਿਅਕਤੀ ਹੈਗੇ ਆ ਉਹ ਮੌਕੇ 'ਤੇ ਗ੍ਰਿਫਤਾਰ ਜਿਹੜੇ ਉਹ ਕੀਤੇ ਗਏ ਆ, ਨਾਲੇ ਇਹ ਵਹੀਕਲਸ ਜਿਹੜੀ ਉਹਦੀ ਰਿਕਵਰੀ ਹੋਈ ਆ। ਇੱਥੇ ਅਸੀਂ ਪਠਾਨਕੋਟ ਪੁਲਿਸ ਵੱਲੋਂ ਇਹ ਬਿਲਕੁਲ ਸਾਫ਼ ਜਿਹੜਾ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜਿਹੜੀ ਇਲੀਗਲ ਮਾਈਨਿੰਗ ਆ ਚਾਹੇ ਉਹ ਕਿਸੇ ਦੇ ਵੀ ਕਹਿ ਦੇ ਉੱਤੇ ਹੋ ਰਹੀ ਆ, ਕ੍ਰਸ਼ਰ ਓਨਰਸ ਉਹਦੇ 'ਚ ਜ਼ਿਆਦਾਤਰ ਇਨਵੋਲਵਮੈਂਟ ਨਿਕਲ ਰਹੀ ਆ, ਉਹ ਇਸ ਤਰੀਕੇ ਦੇ ਨਾਲ ਅਸੀਂ ਫਿਊਚਰ ਦੇ ਵਿੱਚ ਇਨਫੈਕਟ ਪਾਸਟ ਦੇ ਵਿੱਚ ਵੀ ਹੁਣ ਫਿਊਚਰ ਦੇ ਵਿੱਚ ਵੀ ਕਿਸੇ ਵੀ ਹਾਲਤ ਵਿੱਚ ਕਿਸੇ ਨੂੰ ਵੀ ਇਸ ਇਲੀਗਲ ਐਕਟੀਵਿਟੀਜ਼ ਤੋਂ ਜਿਹੜਾ ਹੈਗਾ ਉਹ ਬਖਸ਼ਿਆ ਨਹੀਂ ਜਾਵੇਗਾ, ਉਹ ਸਖਤ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਵੇਗੀ। An excellent coaching point in IELTS and spoken English. Also expert in study and visitor visa. Government approved. SS Group. Session Chowk, Hoshiarpur. Thank you.